ਫਿਰੋਜ਼ਪੁਰ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ। ਦੱਸੇ ਕਿ ਸਤਲੁਜ ਦੇ ਵਿੱਚ ਤੇਜ਼ ਪਾਣੀ ਦਾ ਵਹਾਅ ਆਉਣ ਦੇ ਨਾਲ ਸਤਲੁਜ ਕਹਿਰ ਵਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਈਆਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਿਆ ਹੈ। ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਰਹਿਣ ਨੂੰ ਮਜਬੂਰ ਨੇ। ਉਹਨਾਂ ਦੇ ਘਰ 'ਚ ਉਹਨਾਂ ਨੇ ਆਪਣਾ ਜਿਹੜਾ ਜ਼ਰੂਰੀ ਸਮਾਨ ਹੈ ਉਹ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਰੱਖਿਆ ਹੋਇਆ ਤੇ ਉੱਥੋਂ ਦੀ ਕੂਚ ਕਰਦੇ ਹੋਏ ਨਜ਼ਰ ਆ ਰਹੇ ਨੇ। ਆਪਣੇ ਜਿਹੜੇ ਪਾਲਤੂ ਜਾਨਵਰ ਨੇ ਉਹਨਾਂ ਨੂੰ ਨਾਲ ਲੈ ਕੇ ਸੁਰੱਖਿਅਤ ਥਾਵਾਂ ਦੇ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਨੇ। ਦੱਸਦੇ ਕਿ ਸੈਨਾ ਦੇ ਵੱਲੋਂ ਉੱਥੇ ਰੈਸਕਿਊ ਆਪਰੇਸ਼ਨ ਸਾਂਭਿਆ ਜਾ ਰਿਹਾ, ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ। ਜਿਹੜੇ ਲੋਕ ਕੇ ਪਾਣੀ ਦੇ ਵਿੱਚ ਫਸੇ ਹੋਏ ਨੇ, ਪਿੰਡਾਂ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਬਾਹਰ ਕੱਢਣ ਦੇ ਲਈ ਸੈਨਾ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ। ਬੇੜੀ ਦਾ ਸਹਾਰੇ ਲੋਕਾਂ ਨੂੰ ਪਿੰਡਾਂ ਤੋਂ ਬਾਹਰ ਕੱਢਿਆ ਜਾ ਰਿਹਾ ਤਾਂ ਕਿ ਸੁਰੱਖਿਅਤ ਥਾਵਾਂ ਤੇ ਉਹਨਾਂ ਨੂੰ ਪਹੁੰਚਾਇਆ ਜਾ ਸਕੇ। ਉੱਥੇ ਦੱਸਦੇ ਕਿ ਫਿਰੋਜ਼ਪੁਰ ਦੀਆਂ ਇਹ ਤਸਵੀਰਾਂ ਨੇ, ਸਰਹੱਦੀ ਇਲਾਕਾ ਹੈ ਜਿੱਥੇ ਕਿ ਅਜਿਹੇ ਹਾਲਾਤ ਬਣੇ ਹੋਏ ਨੇ। ਦੱਸਦੇ ਕਿ ਡੈਮਾਂ ਤੋਂ ਪਾਣੀ ਛੱਡਣ ਦੇ ਕਾਰਨ ਅਜਿਹੇ ਹਾਲਾਤ ਬਣੇ ਨੇ। ਸਤਲੁਜ ਇਸ ਸਮੇਂ ਤੇਜ਼ ਵਹਾਅ ਜਿਹੜਾ ਹੈ ਨਜ਼ਰ ਆ ਰਿਹਾ ਸਤਲੁਜ ਦਾ। ਸਤਲੁਜ ਇਸ ਸਮੇਂ ਕਹਿਰ ਵਿਖਾਉਂਦਾ ਹੋਇਆ ਫਿਰੋਜ਼ਪੁਰ ਦੇ ਵਿੱਚ ਨਜ਼ਰ ਆ ਰਿਹਾ, ਜਿੱਥੋਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਸੈਨਾ ਦੇ ਵੱਲੋਂ ਆਪਣਾ ਰੈਸਕਿਊ ਆਪਰੇਸ਼ਨ ਸਾਂਭਿਆ ਜਾ ਰਿਹਾ। ਤਸਵੀਰਾਂ ਦੇਖ ਸਕਦੇ ਹੋ ਕਿ ਜੇ ਸੈਨਾ ਦੇ ਜਵਾਨ ਨੇ ਉੱਥੇ ਲਗਾਤਾਰ ਉਹਨਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ। ਦੱਸਿਆ ਜਾ ਰਿਹਾ ਕਿ ਦਿਨ ਰਾਤ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਤੁਸੀਂ ਬੰਦ ਦੇ ਵੱਲ ਵੀ ਦਿਨ ਰਾਤ ਨਿਗਾਹਾਂ ਜਿਹੜੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ, ਸੈਨਾ ਦੇ ਜਵਾਨਾਂ ਦੀਆਂ ਟਿੱਕੀਆਂ ਹੋਈਆਂ ਨੇ ਤਾਂ ਕਿ ਕੁਝ ਹੋਰ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਉਹਨਾਂ ਦਾ ਕਹਿਣਾ ਕਿ ਜੇਕਰ ਪਾੜ ਪੈ ਜਾਂਦਾ ਤਾਂ ਇਸ ਦੇ ਨਾਲ ਹੋਰ ਨੁਕਸਾਨ ਹੋ ਸਕਦਾ, ਹੋਰ ਪਿੰਡਾਂ ਦੇ ਵਿੱਚ ਪਾਣੀ ਵੜ ਸਕਦਾ, ਜਿਸ ਦੇ ਕਾਰਨ ਲਗਾਤਾਰ ਨਿਗਾਹਾਂ ਜਿਹੜੀਆਂ ਨੇ ਉੱਥੇ ਰੱਖੀਆਂ ਹੋਈਆਂ ਨੇ। ਦਿਨ ਰਾਤ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ। ਫਿਰੋਜ਼ਪੁਰ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਜਿਹੜੇ ਨੇ ਆਪਣਾ ਸਮਾਨ ਸੁਰੱਖਿਅਤ ਥਾਵਾਂ ਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ। ਆਪਣੇ ਘਰਾਂ ਨੂੰ ਪਾਣੀ ਦੇ ਵਿੱਚ ਡੁੱਬਦੇ ਹੋਏ ਵੇਖ ਕੇ ਉਹਨਾਂ ਦੀ ਚਿਹਰਿਆਂ ਦੇ ਉੱਪਰ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਨੇ। ਉੱਥੇ ਦੱਸੀ ਕਿ ਲੋਕਾਂ ਦੇ ਵੱਲੋਂ ਸੁਰੱਖਿਅਤ ਥਾਵਾਂ ਦੇ ਵੱਲ ਕੂਚ ਕੀਤਾ ਜਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਦੇ ਪਿੰਡਾਂ ਦੇ ਵਿੱਚ ਪਾਣੀ ਨਹੀਂ ਸੀ, ਪਰ ਅਚਾਨਕ ਪਾਣੀ ਆ ਜਾਣ ਕਾਰਨ ਉਹਨਾਂ ਨੂੰ ਆਪਣੇ ਘਰ ਛੱਡ ਕੇ ਘਰ ਖਾਲੀ ਕਰਨੇ ਪੈ ਰਹੇ ਨੇ, ਸੁਰੱਖਿਅਤ ਥਾਵਾਂ ਤੇ ਜਾਣਾ ਪੈ ਰਿਹਾ ਤੇ ਰੈਸਕਿਊ ਆਪਰੇਸ਼ਨ ਦਿਨ ਰਾਤ ਚਲਾਇਆ ਜਾ ਰਿਹਾ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਦਿੱਕਤ ਨਾ ਆਵੇ। ਤਸਵੀਰ ਫਿਰੋਜ਼ਪੁਰ ਦੀ ਹੈ। ਦੱਸਦੇ ਕਿ ਪਹਾੜਾਂ ਦੇ ਉੱਪਰ ਮੀਂਹ ਪੈਣ ਦੇ ਨਾਲ ਮੁੜ ਤੋਂ ਅਜਿਹੇ ਹਾਲਾਤ ਬਣੇ ਨੇ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜੁਲਾਈ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਸੀ, ਪਰ ਥੋੜੇ ਹਾਲਾਤ ਸੁਧਰਨੇ ਸ਼ੁਰੂ ਹੋ ਚੁੱਕੇ ਸੀ। ਕਈ ਥਾਵਾਂ ਤੇ ਪਾਣੀ ਨੀਵਾਂ ਜਾ ਚੁੱਕਿਆ ਸੀ, ਦਰਿਆ ਜਿਹੜੇ ਨੇ ਆਪਣੇ ਲੈਵਲ ਤੇ ਆ ਚੁੱਕੇ ਸੀ, ਪਰ ਅਚਾਨਕ ਪਹਾੜਾਂ ਦੇ ਵਿੱਚ ਤੇਜ਼ ਮੀਂਹ ਪੈਂਦਾ, ਲਗਾਤਾਰ ਮੀਂਹ ਪੈਂਦਾ, ਜਿਸ ਦੇ ਕਾਰਨ ਡੈਮਾਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਤੇ ਭਾਖੜਾ ਤੇ ਪੌਂਗ ਡੈਮ ਦੇ ਵਿੱਚ ਪਾਣੀ ਛੱਡਣ ਤੋਂ ਬਾਅਦ ਦਰਿਆਵਾਂ ਦੇ ਵਿੱਚ ਵੀ ਪਾਣੀ ਦਾ ਉਫਾਨ ਤੇਜ਼ ਹੋ ਜਾਂਦਾ, ਪਾਣੀ ਦਾ ਲੈਵਲ ਵੱਧ ਜਾਂਦਾ, ਜਿਸ ਤੋਂ ਬਾਅਦ ਉਹ ਪਾਣੀ ਹੌਲੀ ਹੌਲੀ ਪਿੰਡਾਂ ਦੇ ਵੱਲ ਵਧਣਾ ਸ਼ੁਰੂ ਹੁੰਦਾ ਤੇ ਕਈ ਇਲਾਕੇ ਜਿਹੜੇ ਨੇ ਇਸ ਸਮੇਂ ਪਾਣੀ ਦੇ ਲਪੇਟ ਦੇ ਵਿੱਚ ਆਏ ਹੋਏ ਨੇ। ਦੱਸਿਆ ਜਾ ਰਿਹਾ ਕਿ ਪੰਜਾਬ ਦੇ 9 ਜ਼ਿਲ੍ਹੇ ਨੇ ਜਿੱਥੇ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਚੁੱਕਿਆ, ਪਿੰਡਾਂ ਦੇ ਵਿੱਚ ਵੜ ਚੁੱਕਿਆ। ਉੱਥੇ ਦੱਸਦੇ ਕਿ 9 ਜ਼ਿਲ੍ਹੇ ਹੜ੍ਹ ਪ੍ਰਭਾਵਿਤ ਦੱਸੇ ਜਾ ਰਹੇ ਨੇ। ਦੱਸਦੇ ਕਿ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਵੀ ਹੜ੍ਹ ਦੇ ਹਾਲਾਤਾਂ ਦੇ ਉੱਪਰ ਨਿਗਾਹ ਬਣਾਈ ਹੋਈ ਆ। ਉੱਥੇ ਦੱਸਦੇ ਕਿ ਫਿਰੋਜ਼ਪੁਰ ਦੇ ਵਿੱਚ ਵੀ ਸੈਨਾ ਦੇ ਜਵਾਨਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਦਿਨ ਰਾਤ ਇਹ ਰੈਸਕਿਊ ਆਪਰੇਸ਼ਨ ਚੱਲ ਰਿਹਾ। ਤੁਸੀਂ ਵੀ ਸੁਣੋ ਫਿਰੋਜ਼ਪੁਰ ਦੇ ਵਿੱਚ ਜਿਹੜੇ ਪਿੰਡ ਵਾਸੀ ਨੇ ਉਹਨਾਂ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਜੀ ਪਿੰਡਾਂ ਤੋਂ ਗੱਡੀ ਰਾਜੋ ਗੁਜ਼ਲਿਆ ਦੇ ਸ਼ਾਮੇ ਕੀ ਟੇਂਡੀ ਵਾਲੇ ਤੋਂ ਲਏ ਤੇ ਭਖੜਾ ਪਿੰਡ, ਹਜ਼ਾਰਾ ਪਿੰਡ, ਇਹ ਸਾਰੇ ਪਾਣੀ ਦੇ ਘੇਰੇ 'ਚ ਖੜੇ ਨੇ। ਕੋਈ ਗੱਲ ਹੈ ਬਰਾਦਰ, ਕਿਸੇ ਨੇ ਨਹੀਂ ਤਲਾਹ ਦਿੱਤੀ। ਵੇਖੋ ਕੀ ਹਾਲ ਹੈ, ਜੇ ਮਾਲ ਡੰਗਰ ਦਾ ਬਾਲ ਬੱਚੇ ਦਾ ਅਸੀਂ ਕਿਸੇ ਪਾਸੇ ਲੈ ਤੇ ਨਹੀਂ ਜਾ ਸਕਦੇ। ਪਾਣੀ ਛੱਡਣ ਲੱਗੇ ਪ੍ਰਸ਼ਾਸਨ ਨੇ ਅਲਰਟ, ਕੋਈ ਨਹੀਂ, ਸਾਨੂੰ ਅਲਾਊਡ ਨਹੀਂ ਇਸ ਪਾਸੇ ਕਿਸੇ ਨਹੀਂ ਕੀਤਾ ਗਿਆ। ਵੇਖੋ ਕੀ ਹਾਲਾਤ ਹੈ ਪਾਣੀ ਦਾ, ਵੇਖੋ ਇੱਕ ਵਾਰੀ ਇਹਦਾ ਹਾਲਾ ਵੀ ਕਿਹੜੇ ਹਾਲਾਤ 'ਚ ਖੜ। ਆਹ ਜਿਹੜਾ ਪੁਲ ਹੈ, ਪੁਲ ਤੋਂ ਵੀ ਅਸੀਂ ਨਹੀਂ ਲੈ ਕੇ ਲੰਘ ਸਕਦੇ ਕੁਝ ਜੀ। ਇਹ ਵੀ ਕੱਚਾ ਪੁਲ ਬਣਿਆ, ਅਸੀਂ ਸਾਰਾ ਡਿੱਗਾ ਜਾਂਦਾ, ਡੱਠਾ ਜਾਂਦਾ। ਵੇਖੋ ਇਹਦਾ ਕੀ ਕਰਾਂਗੇ, ਸੰਪਰਕ ਵੀ ਟੁੱਟ ਸਕਦਾ ਲੋਕ। ਬਿਲਕੁਲ ਜੀ ਬਿਲਕੁਲ, ਉੱਥੇ ਕੋਈ ਨਹੀਂ ਲੰਘ ਸਕਦਾ। ਟੁੱਟ ਗਿਆ ਲੋਕ ਕਿਵੇਂ ਨਿਕਲਣਗੇ, ਮੈਂ ਨਾਲ ਨਿਕਲ ਹੀ ਨਹੀਂ ਸਕਦਾ ਕਿਸੇ ਕੋਲ। ਕੋਈ ਐਸਟ ਸਾਡੀ ਮਦਦ ਨਹੀਂ ਹੈਗੀ ਵੀ ਜਿਸ ਟਾਈਮ ਅਸੀਂ ਜਦ ਕਿਸੇ ਨੂੰ ਸੰਭਾਲ ਲਈਏ। ਮਾਲ ਡੰਗਰ ਵਿੱਚੇ ਖੜਾ ਹੈ, ਦਾਣਾ ਫੱਕਾ ਲੈ ਕੇ ਬਾਲ ਬੱਚਾ ਮਕਾਨਾਂ ਦੇ ਚੜੇ ਨੇ, ਮਕਾਨ ਦਾ ਵੀ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਡਿੱਗ ਪੈਣਾ। ਵੇਖੋ ਚੱਲਦੇ ਹਾਲਾਤ, ਵੇਖੋ ਮੈਂ ਤੁਹਾਨੂੰ ਇਸ ਗੱਲ ਦੇ ਕਹਿਣ ਲੱਗਾ ਵੀ ਵਿਆਹ ਤੇ ਵੇਖੋ ਵੀ ਇੱਥੇ ਰੋਡ ਤੇ ਖੜੇ ਕਹਿ ਦਿੰਦੇ ਜੀ ਇੱਧਰ ਪਾਣੀ ਨਹੀਂ ਆਇਆ। ਵੇਖੋ ਅੱਜ ਕੀ ਹਾਲਾਤ ਸਾਡੀ ਹੋਈ ਖੜੀ ਆ, ਅੱਜ ਤਾਂ ਸਾਨੂੰ ਕਿਸੇ ਨੇ ਪੁੱਛਿਆ ਭਖੜਾ ਪਿੰਡ ਸਾਹਮਣੇ ਕੀ ਹੈ, ਹਜ਼ਾਰਾ ਵੇਖੋ ਹਾਲਾਤ, ਪਾਣੀ ਦਾ ਵੇਖੋ ਕੀ ਬਣਿਆ। ਨਾ ਜੀ ਨਾ, ਅੱਜ ਤੱਕ ਕੋਈ ਨਹੀਂ ਬੰਦਾ, ਨਾ ਬਿਲਕੁਲ ਨਹੀਂ ਆਇਆ ਕੋਈ ਵੀ। ਪਾਣੀ ਵੱਧਦਾ ਜਾ ਰਿਹਾ, ਮੈਂ ਨਾ ਜੋ ਝਟੋ ਝਟ ਪਾਣੀ ਵੱਧਦਾ ਜਾ ਰਿਹਾ, ਵਧਦਾ ਜਾ ਰਿਹਾ, ਅਸੀਂ ਤਾਂ ਪਾਣੀ ਪੀਣ ਤੋਂ ਮਜਬੂਰ ਹੋਏ ਗਏ। ਪਾਣੀ ਕਿੱਥੋਂ ਪੀਵਾਂ, ਕਿਸ ਤਰ੍ਹਾਂ ਦਾ ਡਰ ਉਸਤਾਰ ਹੈ। ਹਾਂਜੀ, ਡਰ ਕਿਸ ਤਰ੍ਹਾਂ ਉਸਤਾਰ ਸਾਨੂੰ ਜੀ, ਬਿਲਕੁਲ ਇਸ ਤਰ੍ਹਾਂ ਉਹ ਝਟ ਦਾ ਪਤਾ ਕੋਈ ਨਹੀਂ ਵੀ ਅਸੀਂ ਕਿਹੜੇ ਪਾਸੇ ਰੁੜ ਜਾਣਾ, ਸਾਨੂੰ ਕਿਸੇ ਨੇ ਸੰਭਾਲਣਾ ਹੀ ਨਹੀਂ। ਤੇ ਆ ਪੁਲ ਟੁੱਟ ਗਈ, ਅਸੀਂ ਕਿਹੜੇ ਪਾਸੇ ਜਾਂਦੇ, ਪੁਲ ਵੀ ਚੱਲੀ ਆ, ਬਸ ਬਹਿੰਦੀ ਜਾਂਦੀ, ਖੁਰੀ ਜਾਂਦੀ ਸਾਰੀ ਪੁਲ ਵੀ।
एक महीना पहला भी हालात हुई इना ही पानी आया है तो कह दिता इधर पानी नहीं गया। वेखो अज कड़ी हालात च खड़े अज ऐसा पुल से खड़े अब वेखो हालात पानी पानी नगर इधर पवा माड़ा वेख की बनया खड़ा है। तो साढ़े लोग कहते नहीं आ जे आगू लीडर ने साडे सरकार दे कहते नहीं जी इधर का पानी नहीं क्या कितने भी साढ़े अज तोड़ी कोई सहूलत नहीं पहुंची। असं डीसी साहब न आप खुद लैके गए पिंड उस टाइम सानू उन्होंने जा रहे थोड़ा जा चारा भेजा सीगा वो असी मतलब वंडिया सी वो कोई बेचारे रह गए कोई अज तक कोई प्रशासन का बंदा सानू किसी नहीं जाते मदद की ना कि किसी ने कढ़िया है असी बिच उवें बैठे हैं वेखो की हालात हुंदा वी परा पाकिस्तान नू जाने के कड़े पासे लुड़दे आ। पहला तक लाण के कीता कोई सानू अगले पिंड लाण किया ने सानू तीन बजे रात दे पानी साडे पिंड च चार्ज फिर वट चुका है पानी पानी सारे लोगों ने फिर अहीं बाबे गए स्पीकर उसमें कीती है सप तो समान उत्ते पिंड दे ठा लो सारे समान उत्ते रखी पैने पानी पिंड च पूरा वट चुका है कई आसे पासे दे पिंड च डुब गए ओह परले डुब गए सादा ही पिंड दा डुब्बा ही पिया सारा बंदे पे तरपेला तरपूला दिन आते समान पिया खाण पीन का दे देता बड़ी मेहरबानी ना दी सानू प्रशासन वालों कुछ नहीं यहोजा दस्या गया कि जिहड़ा असीं आपदा सेफ हो जाइए है ना सानू राती 3 बजे पता लग्या कि साढ़े पिंड च पानी ने एंट्री कर दी है और नाल नाल जिवें सानू पता लग्या सी सारा समान समून अपना क्लोज करना उदों ही स्टार्ट कर दिता और कईआं ने तां विचारे विच फसे भी होए ने पानी दे बाकी साडे सामने आ छत्तां दे उपर तुसीं अगे काफ़ी पिंड आ जी 20-22 पिंड ने तकरीबन जिहड़ा गट्टी के गट्टी राजो के चांदी वाला टेंडी वाला कुंदर गट्टी के जिहड़ा ज़्यादा पानी उधर है ते साडे ते पानी सारा पिंड दे आसे पासे घेरा पै चुका सी पिंड दे विच आले फस चुके हैं इत्थे कोई हाले तक कोई नहीं साडे तक पहुंचा ना कोई इहो जिहा होर परसन आया कि जिहड़ा टीमां ने कढ़िया होवे अंदर कोई किसी ने नहीं साडे पिंड वाली है जिहड़े असीं इक दूजे दा साथ दे के बाहर कढ़ रहे हैं एक दूजे नूं और पानी तुहाडे पिंड दे विच वी एंटर हो हां जी हां जी पिंड दे विच सामने तुहाडे देखो असीं छत्तां दे उपर सारे बैठे हैं साडे घरां दे विच पानी है सामने कोठी जो देखो हां अगे होणा हां जी कोई मंग साडी इही कि जिवें साडे पशुआं वास्ते चारा कोई जिवें होर कोई गरीब परसन है जिन्हां ने अजे कोई किसी नूं पता ही नहीं सी कि पानी है अचानक होएगा आ जाएगा तां जिद्दां किसी कोल राशन नहीं है जां कुछ नहीं है उहनूं सहायता कीती जावे।